ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ। ਜੇਕਰ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਿੱਧੂ ਤੇ ਨਸੀਬ ਦੇ ਮਸਲੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਦੋਨਾਂ ਨੇ ਇੱਕ ਦੂਜੇ ਨੂੰ ਰਿਪਲਾਈ ਵੀ ਕੀਤੇ ਸੀ, ਪਰ ਸਿੱਧੂ ਦੇ ਜਾਣ ਬਾਅਦ ਨਸੀਬ ਨੇ ਸਭ ਕੁਝ ਛੱਡ ਕੇ ਸਿੱਧੂ ਦੀਆਂ ਤਾਰੀਫਾਂ ਕੀਤੀਆਂ ਸੀ। ਪਰ ਸਿੱਧੂ ਦੇ ਫੈਨ ਉਦੋਂ ਇੱਕ ਵਾਰ ਫਿਰ ਤੋਂ ਨਾਰਾਜ਼ ਹੋ ਗਏ ਜਦੋਂ ਨਸੀਬ ਨੇ ਇੱਕ ਪੌਡਕਾਸਟ ਦੇ ਵਿੱਚ ਕਹਿ ਦਿੱਤਾ ਸੀ ਕਿ ਜਿਹੋ ਜਿਹਾ ਸਿੱਧੂ ਸੀ ਉਹੋ ਜਿਹਾ ਹੀ ਮੈਂ ਹਾਂ। ਬਸ ਫਿਰ ਕੀ ਸੀ, ਹਰ ਪਾਸੇ ਨਸੀਬ ਨੂੰ ਬੁਰਾ ਭਲਾ ਕਿਹਾ ਗਿਆ, ਡਿਸਟਰੈਕ ਕੱਢੇ ਗਏ। ਪਰ ਹੁਣ ਆਪਣੇ ਇੱਕ ਲਾਈਵ ਦੌਰਾਨ ਜਿੱਥੇ ਸਨੀ ਮਾਲਟਨ ਨੇ ਸਿੱਧੂ ਬਾਰੇ ਬੋਲ ਰਹੇ ਲੋਕਾਂ ਬਾਰੇ ਮੀਡੀਆ ਦੀ ਚੁੱਪ 'ਤੇ ਸਵਾਲ ਖੜ੍ਹੇ ਕੀਤੇ ਨੇ, ਉੱਥੇ ਹੀ ਨਸੀਬ ਨੂੰ ਵੀ ਡਿਫੈਂਡ ਕੀਤਾ। ਉਸਦਾ ਕਹਿਣਾ ਹੈ ਕਿ ਨਸੀਬ ਨੇ ਇਹ ਗੱਲ ਕਹਿ ਕੇ ਸਿੱਧੂ ਦੀ ਪ੍ਰੇਜ਼ ਹੀ ਕੀਤੀ ਹੈ ਕਿ ਉਹ ਸਿੱਧੂ ਦੀ ਆਈਡੀਓਲੋਜੀ ਨੂੰ ਫੋਲੋ ਕਰਦਾ। ਹੋਰ ਕੀ ਕਿਹਾ ਸਨੀ ਮਾਲਟਨ ਨੇ ਨਸੀਬ ਬਾਰੇ, ਆਓ ਦੇਖਦੇ ਹਾਂ ਅੱਗੇ ਵੀਡੀਓ 'ਚ। ਜਦੋਂ ਨਸੀਬ ਗਿਆ ਸੀ ਇੰਟਰਵਿਊ 'ਤੇ, ਮੈਨੂੰ ਪਤਾ ਨਹੀਂ ਕਿਹੜੀ ਇੰਟਰਵਿਊ ਸੀ, ਉਹ ਇੰਟਰਵਿਊ 'ਤੇ ਗਿਆ ਸੀਗਾ, ਠੀਕ ਆ, ਅਤੇ ਬਹੁਤ ਤੁਸੀਂ ਸਾਰੇ ਉਹਦੇ ਦੁਆਲੇ ਹੋ ਗਏ ਕਿ ਨਸੀਬ ਇੱਦਾਂ ਬੋਲ ਗਿਆ, ਨਸੀਬ ਇੱਦਾਂ ਬੋਲ ਗਿਆ। ਉਹ ਨਸੀਬ ਕੀ ਬੋਲ ਗਿਆ ਸੀ ਉਦੋਂ, ਤੁਸੀਂ ਸੁਣਿਆ ਉਹਨੂੰ? ਉਹ ਆਉਂਦਾ ਕਿ ਮੈਂ ਭਰਾ ਦੀ ਆਈਡੀਓਲੋਜੀ ਫੋਲੋ ਕਰਦਾ ਸਿੱਧੂ ਦੀ, ਕਿ ਬਹੁਤ ਮੈਂ ਵੀ ਸਿੱਧੂ ਵਰਗਾ ਹੀ ਹਾਂ। ਉਹ ਬੰਦਾ ਉਹਨੂੰ ਪ੍ਰੇਸ ਕਰ ਰਿਹਾ, ਤੁਸੀਂ ਉਹਨੂੰ ਥੱਲੇ ਲਾਉਣ ਨੂੰ ਫਿਰਦੇ ਸੀਗੇ, ਤੁਸੀਂ ਸਾਰੇ ਇਕੱਠੇ ਹੋ ਗਏ, ਆਹ ਪੌਡਕਾਸਟ ਵਾਲੇ ਸਾਰੇ ਇਕੱਠੇ ਹੋ ਗਏ, ਉਹ ਨਸੀਬ ਹੋ ਆਹ ਵੱਧ ਨਸੀਬ ਸਾਰੇ, ਤੁਹਾਨੂੰ ਸ਼ਰਮ ਨਹੀਂ ਹੁੰਦੀ ਬ੍ਰੋ? ਤੁਸੀਂ ਸੁਣੋ, ਤੁਸੀਂ ਖਬਰ ਕਿਵੇਂ ਫਲਾਉਂਦੇ ਹੋ ਬ੍ਰੋ? ਤੁਸੀਂ ਉਹਨੇ ਕੁਛ ਚੰਗਾ ਬੋਲਿਆ, ਤੁਸੀਂ ਉਹਦੇ ਮਾੜਾ ਕਰਨ ਲੱਗ ਗਏ। ਜਿਹੜਾ ਮਾੜਾ ਬੋਲੀ ਜਾਂਦਾ ਤੁਸੀਂ ਉਹਨੂੰ ਕੁਛ ਕਹਿ ਹੀ ਨਹੀਂ ਰਹੇ ਹੁਣ। ਤੇ ਮੈਂ ਚਾਹੁੰਦਾ ਨੀ ਆਹ ਮੁੰਡੇ ਨੂੰ ਵੀ ਮੈਂ ਜਾਣਦਾ, ਮੈਂ ਨਹੀਂ ਸਕੂ, ਮੈਂ ਨਹੀਂ ਚਾਹੁੰਦਾ ਇਹਨੂੰ ਕੁਛ ਵੀ ਕੋਈ ਕਹੇ। ਉਹ ਤਾਂ ਗਲਤੀ ਹੋ ਗਈ, ਉਹਨੇ ਮੰਨ ਲਿਆ, ਠੀਕ ਆ ਬ੍ਰੋ, ਆਪਾਂ ਰੱਬ ਬਣੀਏ, ਇਹ ਤੋਂ ਵੱਧ ਕੀ ਕਰੀਏ।